ਹਾਰ ਪਾਈ ਤੁਰਦਾ ਏ ਪੰਜਾਬੀ ਪੁੱਤ, ਆਸੇ ਪਾਸੇ ਵੱਜ ਰਹੇ ਬੈਂਡ ਵਾਜੇ। ਇਹ ਕੋਈ ਵਿਆਹ ਦੀਆਂ ਤਸਵੀਰਾਂ ਨਹੀਂ ਬਲਕਿ ਜਸ਼ਨ ਦੀਆਂ ਨੇ, ਜਿੱਥੇ ਪੰਜਾਬੀ ਪੁੱਤ ਲੈਫਟੀਨੈਂਟ ਬਣ ਕੇ ਘਰ ਪਰਤਿਆ ਏ, ਜਿਸ ਦਾ ਕਿਸੇ ਲਾੜੇ ਦੇ ਵਾਂਗ ਹੀ ਸਵਾਗਤ ਕੀਤਾ ਜਾ ਰਿਹਾ ਏ। ਦਰਅਸਲ ਮਾਪਿਆਂ ਦਾ ਇਹ ਪੰਜਾਬੀ ਪੁੱਤ ਭਾਰਤੀ ਫੌਜ ਦੇ ਵਿੱਚ ਲੈਫਟੀਨੈਂਟ ਬਣ ਗਿਆ ਏ, ਜਿਸ ਦਾ ਨਾਮ ਅਰਸ਼ਦੀਪ ਸਿੰਘ ਹੈ। ਪਿੰਡ ਪਹੁੰਚਣ ਤੇ ਪਰਿਵਾਰ ਦੇ ਵੱਲੋਂ ਤੇ ਪਿੰਡ ਵਾਸੀਆਂ ਦੇ ਵੱਲੋਂ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਬਿਲਕੁਲ ਵਿਆਹ ਵਰਗਾ ਮਾਹੌਲ ਬਣਾ ਦਿੱਤਾ ਗਿਆ ਤੇ ਪਿੰਡ ਵਾਲੇ ਬਰਾਤੀਆਂ ਦੀ ਤਰ੍ਹਾਂ ਨਾਲ ਨੱਚਦੇ ਹੋਏ ਘਰ ਤੱਕ ਪਹੁੰਚੇ ਨੇ ਅਤੇ ਕਿਸੇ ਲਾੜੇ ਦੀ ਤਰ੍ਹਾਂ ਹੀ ਇਸ ਪੁੱਤ ਨੂੰ ਘਰ ਲਿਆਂਦਾ ਗਿਆ ਹੈ। ਤਸਵੀਰਾਂ ਦੇਖੋ ਕਿ ਕਿਸ ਕਦਰ ਖੁਸ਼ੀ ਹੈ ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਮੁਕੇਰੀਆਂ ਦੇ ਪਿੰਡ ਬਿਸ਼ਨਪੁਰਾ ਦਾ ਰਹਿਣ ਵਾਲਾ ਇਹ ਨੌਜਵਾਨ ਅਰਸ਼ਦੀਪ ਸਿੰਘ, ਜੋ ਕਿ ਹੁਣ ਭਾਰਤੀ ਫੌਜ ਦੇ ਵਿੱਚ ਲੈਫਟੀਨੈਂਟ ਲੱਗ ਗਿਆ ਹੈ, ਤੇ ਘਰ ਪਹੁੰਚਣ ਤੇ ਪਰਿਵਾਰ ਤੋਂ ਇਹ ਖੁਸ਼ੀ ਸਾਂਭੀ ਨਹੀਂ ਜਾ ਰਹੀ। ਲੈਫਟੀਨੈਂਟ ਬਣ ਕੇ ਆਏ ਪੁੱਤ ਦੀ ਖੁਸ਼ੀ ਦੇ ਵਿੱਚ ਇੱਥੇ ਪਿੰਡ ਵਾਸੀਆਂ ਦੇ ਨਾਲ ਨਾਲ ਮਾਪੇ ਵੀ ਪੂਰੇ ਪਿੰਡ ਦੇ ਵਿੱਚ ਦੌਰਾ ਕਰਦੇ ਨਜ਼ਰ ਆਏ ਨੇ, ਉਹ ਵੀ ਬੈਂਡ ਵਾਜਿਆਂ ਦੇ ਨਾਲ ਨੱਚਦੇ ਹੋਏ। ਪੁੱਤ ਦੇ ਗਲ ਵਿੱਚ ਇਸ ਤਰ੍ਹਾਂ ਨੋਟਾਂ ਦੇ ਹਾਰ ਪਾਏ ਨੇ ਜਿਵੇਂ ਕੋਈ ਲਾੜਾ ਹੋਵੇ। ਬਿਲਕੁਲ ਇੱਕ ਵਿਆਹ ਵਰਗਾ ਹੀ ਮਾਹੌਲ ਬਣ ਕੇ ਆਏ ਇਸ ਪਿੰਡ ਦੇ ਵਿੱਚ ਜਦੋਂ ਇਹ ਪੁੱਤ ਲੈਫਟੀਨੈਂਟ ਬਣ ਕੇ ਘਰ ਪਰਤਿਆ ਏ। ਬੜੀ ਖੁਸ਼ੀ ਹੋ ਰਹੀ ਹੈ ਜੀ, ਧੰਨਵਾਦ ਸਾਰਿਆਂ ਦਾ, ਅਤੇ ਆਪਣੇ ਦਾਦਾ ਜੀ, ਚਾਚਾ ਜੀ, ਪਾਪਾ ਜੀ ਸਾਰੇ ਜਾਣੇ ਮਤਲਬ ਜੇ ਸੀ ਓ ਆਰ ਦੀ ਰੈਂਕ 'ਚ ਗਏ ਫੌਜ 'ਚ, ਅਤੇ ਉਹਨਾਂ ਨੂੰ ਕੁਛ ਵਧੀਆ ਕਰਕੇ ਦਿਖਾਉਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈਗਾ, ਅਤੇ ਅੱਜ ਉਹਨਾਂ ਦੇ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਅਹੁਦਾ ਵਾ, ਅਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਹੈਗੀ ਅਤੇ ਅੱਜ ਮੈਂ ਇੱਥੇ ਖੜ੍ਹਾ। ਜੇ ਕਿਤੇ ਅਸੀਂ ਗੱਲ ਕਰੀਏ ਕਿੱਥੋਂ ਸਟੱਡੀ ਕਿੱਥੋਂ ਸ਼ੁਰੂ ਕੀਤਾ ਆ, ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਜ਼ਿਆਦਾ ਹੱਥ ਸੀ? ਮੈਂ ਕਹਾਂਗਾ ਬੇਬੇ ਬਾਪੂ ਅਤੇ ਦਾਦੇ ਦਾ, ਸਾਰੇ ਜਾਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ, ਨਹੀਂ ਤਾਂ ਇਕੱਲੇ ਕੋਲ ਨਹੀਂ ਹੋ ਸਕਦਾ ਹੈਗਾ। ਠੀਕ ਆ, ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਅਲਾਰਮ ਲਾਉਣਾ, ਇਹਨਾਂ ਨੇ ਜਗਾਉਣਾ, ਅਤੇ 3 ਵਜੇ ਉੱਠ ਕੇ ਇਹਨਾਂ ਨੇ ਬਈ ਪੜ੍ਹਨ ਲਾ ਦੇਣਾ, ਠੀਕ ਆ, ਸੋਣਾ ਅਤੇ ਪਾਣੀ ਪਾ ਦੇਣਾ ਮੂੰਹ 'ਤੇ, ਇੱਦਾਂ ਇੱਦਾਂ ਦੇ ਕੰਮ ਕਰਕੇ ਮਤਲਬ ਪੜ੍ਹਾਇਆ ਵਾ, ਅਤੇ ਬਸ ਇੱਦਾਂ ਹੀ ਆ ਜੀ। ਠੀਕ ਆ, ਕਿੱਥੋਂ ਸਟੱਡੀ ਚਾਲੂ ਕੀਤੀ ਤੁਸੀਂ? ਸਟੱਡੀ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜ੍ਹਿਆ ਹੈਗਾ APS ਉੱਚੀ ਵਸੀ, ਉਸ ਤੋਂ ਬਾਅਦ ਮੈਂ ਸੈਨਿਕ ਸਕੂਲ ਦੀ ਪੁਸਤਕ 4 ਸਾਲ ਲਾਏ ਆਪਣੇ, ਅਤੇ ਉਸ ਤੋਂ ਬਾਅਦ NDA ਸਿਲੈਕਸ਼ਨ ਹੋਇਆ ਸੀਗਾ, ਪੇਪਰ ਹੁੰਦਾ ਆਪਣਾ UPSC ਦਾ ਇੱਕ, ਅਤੇ ਇੰਟਰਵਿਊ ਕੱਢਣੀ ਪੈਂਦੀ 5 ਦਿਨਾਂ ਦੀ, ਅਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੁੰਦਾ ਵਾ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ 'ਚ, ਅਤੇ 3 ਸਾਲ ਉੱਥੋਂ ਤੁਹਾਡੀ ਡਿਗਰੀ ਹੁੰਦੀ ਆ, ਅਤੇ ਐਂਡ 'ਚ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਆਉਂਦੇ ਤੁਸੀਂ ਆਖਰੀ 1 ਸਾਲ ਵਾਸਤੇ, ਅਤੇ ਉੱਥੇ ਤੁਸੀਂ ਕਮਿਸ਼ਨਿੰਗ ਹੋ ਜਾਂਦੀ ਤੁਹਾਡੀ, ਇਸ ਦਿਨ ਅਹੁਦਾ ਮਿਲ ਜਾਂਦਾ ਤਾਂ ਚਲਾ ਜਾਂਦਾ। ਹਾਂਜੀ, ਅਤੇ ਜਿਹੜੇ ਬੱਚੇ ਬਾਹਰ ਜਾਂਦੇ ਆ ਉੱਥੇ ਕੈਨੇਡਾ ਅਮੈਰੀਕਾ ਵੱਲੋਂ ਮੂਵ ਕਰਦੇ, ਕੀ ਕਹਿਣਾ ਚਾਹੁੰਦੇ ਉਸ ਬੱਚਿਆਂ ਨੂੰ, ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ? ਮੈਂ ਤਾਂ ਇਹ ਦੇਖਦਾ ਪਿਆ ਨਾ ਕਿ ਹੁਣ ਪੰਜਾਬ 'ਚ ਬਾਹਰ ਦੇ ਲੋਕ ਆ ਕੇ ਰਹਿਣ ਲੱਗ ਪਿਆ, ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ, ਟੋਟਲ ਵੇਸਟ ਆ। ਠੀਕ ਆ, ਤੁਸੀਂ ਇੱਥੇ ਪੜ੍ਹਾਈ ਕਰੋ, ਇੱਦਾਂ ਦੀ ਗੱਲ ਨਹੀਂ ਹੈ ਕਿ ਬਾਈ ਕੁਛ ਹੁੰਦਾ ਨਹੀਂ, ਤੁਸੀਂ ਬਸ ਮਿਹਨਤ ਕਰਦੇ ਜਾਓ, ਫਲ ਤੁਹਾਨੂੰ ਪੱਕਾ ਮਿਲੂ। ਅੱਜ ਦਾ ਜੋ ਸਮਾਂ ਆਇਆ ਇਹ ਪਰਮਾਤਮਾ, ਮੈਂ ਕਹਿੰਦਾ ਸਾਰੇ ਮਾਂ ਪਿਓ ਨੂੰ ਇਹ ਸਮੇਂ ਬਖਸ਼ੇ, ਬਾਕੀ ਕਰਨ ਵਾਲਾ ਵਾਹਿਗੁਰੂ ਹੀ, ਔਰ ਉਸਦੇ ਪਿੱਛੇ ਇਹਨਾਂ ਬੱਚਿਆਂ ਦੀ ਮਿਹਨਤ ਹੈ, ਔਰ ਸਭ ਤੋਂ ਪਹਿਲਾਂ ਸਾਡੇ ਮਾਂ ਬਾਪ ਜੋ ਕਿ ਸਾਡੇ ਮਾਤਾ ਜੀ ਅੱਜ ਇਸ ਦੁਨੀਆ 'ਤੇ ਨਹੀਂ, ਪਰ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ
ਮਾਂ ਬਾਪ ਦਾ ਰਿਹਾ ਜੋ ਕਿ ਇਹਦੇ ਦਾਦਾ ਦਾਦੀ। ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅਣਥੱਕ ਮਿਹਨਤ ਕੀਤੀ, ਇਹਨਾਂ ਨੂੰ ਪੜ੍ਹਾਉਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇਂ ਜਿਹੜਾ ਸੀ ਵਿਅਰਥ ਨਹੀਂ ਜਾਣ ਦਿੱਤਾ ਇਹਨਾਂ ਦੀ ਪੜ੍ਹਾਈ ਪਿੱਛੇ। ਅਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ, ਇਹਨਾਂ ਦਾ ਸਹਿਯੋਗ ਸੀ, ਇਕੱਲਾ ਬੰਦਾ ਕੁਛ ਵੀ ਨਹੀਂ ਕਰ ਸਕਦਾ, ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ, ਬਾਕੀ ਬੱਚੇ ਦੀ ਆਪਣੀ ਮਿਹਨਤ ਸੀ। ਸੋ ਮੈਂ ਕਹਿੰਦਾ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ, ਔਰ ਇਹ ਜਿਹੜਾ ਸੁਭਾਗ ਦਾ ਸਮਾਂ ਹੈ ਇਹ ਵਾਹਿਗੁਰੂ ਸਾਰਿਆਂ ਨੂੰ ਦੇਵੇ। ਔਰ ਬਾਕੀ ਮੈਂ ਸਾਰੇ ਮਾਂ ਬਾਪ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਹਾਂ, ਉਹਦੇ ਨਾਲ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ। ਥੋੜ੍ਹਾ ਹੀ ਤੰਗ ਹੁੰਦੇ ਅੱਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ, ਪਰ ਨਹੀਂ, ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ। ਜੇ ਹੋਸਟਲ ਮਿਲਦਾ ਕਿਤੇ ਅੱਛੀ ਜਗ੍ਹਾ 'ਤੇ, ਜਿਵੇਂ ਸੈਨਿਕ ਸਕੂਲ, ਮਿਲਟਰੀ ਸਕੂਲ, ਅਤੇ ਉੱਥੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕੇ। ਅੱਜ ਕਿਹਦੇ ਬੱਚੇ ਗਏ ਤੁਹਾਡੇ ਜੀ? ਸਾਡੇ ਜੀ ਵੱਡਾ ਲੜਕਾ ਹੈ, ਹਰਸ਼ਦੀਪ ਸਿੰਘ, ਹਾਂਜੀ ਹਰਸ਼ਦੀਪ ਸਿੰਘ, ਔਰ ਅੱਜ ਜਿਹਨੂੰ ਆਪਾਂ ਲੈਫਟੀਨੈਂਟ ਹਰਸ਼ਦੀਪ ਸਿੰਘ ਕਹਿ ਰਹੇ ਹਾਂ। ਉਸ ਤੋਂ ਬਾਅਦ ਇਹ ਬੇਟੀ ਹੈ, ਮੈਂਸ਼ਨ ਕਰਨਾ, ਹਾਂਜੀ ਰਹਿਤਪ੍ਰੀਤ ਕੌਰ, ਹਾਂਜੀ, ਔਰ ਇਹ ਸਾਡਾ ਛੋਟਾ ਲੜਕਾ ਹੈ ਜੀ, ਹਾਂਜੀ, ਮਨਪ੍ਰੀਤ ਸਿੰਘ, ਜੋ ਕਿ ਵਾਹਿਗੁਰੂ ਦੀ ਉੱਤੇ ਵੀ ਬੜੀ ਕਿਰਪਾ ਹੈ, ਅੰਮ੍ਰਿਤਧਾਰੀ ਸਿੰਘ ਹੈ, ਹਾਂਜੀ, ਇਹ ਵੀ ਵੱਡਾ ਅਫਸਰ ਬਣ ਕੇ ਆਏਗਾ, ਇਹਦੇ ਤੋਂ ਵੀ ਵੱਡਾ ਅਫਸਰ ਬਣੇਗਾ ਜੀ। ਜੈਕਾਰਾ ਲਾਉਣਾ ਚਾਹੀਦਾ ਕਿ ਤੁਹਾਨੂੰ ਪਿੰਡ ਸਾਰਿਆਂ ਪਰਮਾਤਮਾ ਅੱਗੇ ਉਹੀ ਅਰਦਾਸ ਕਰਦੇ ਹਾਂ ਵੀ ਇਹਦੇ ਤੋਂ ਵੀ ਵੱਡਾ ਅਫਸਰ ਬਣੇ। ਬਾਕੀ ਇਹ ਹੁਣ ਮੌਕੇ ਦਾ ਲਵਲੀ ਯੂਨੀਵਰਸਿਟੀ ਦੇ ਵਿੱਚ ਬੀਟੈਕ ਕੰਪਿਊਟਰ ਸਾਇੰਸ ਨਾਲ ਕਰ ਰਿਹਾ।